ਮਸਾਲੇ ਯੂਜ਼ ਕਰਨੇ ਨਾ ਇਹ ਬਿਲਕੁਲ ਘਰੇਲੂ ਮਸਾਲੇ ਆ। A few moments later ਸਾਸੀ ਕਾਜੀ ਸਾਰੇ ਵੀਰਾਂ ਨੂੰ ਸੋ ਵਾਂਸ ਅਗੇਨ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਮੈਂ ਤੁਹਾਡਾ ਆਪਣਾ ਹੈਰੀ ਤਨਵਾ। ਸੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਵਾਂ ਸਾਰਾ ਜਿੰਨਾ ਵੀ ਸਾਡੇ ਨਾਲ YouTube ਪਰਿਵਾਰ ਜੁੜਿਆ ਆ। ਇਹ ਚਲੋ ਬਹੁਤ ਵਧੀਆ ਜਿਹੜਾ ਤੁਸੀਂ ਵੀਡੀਓਸ ਉੱਪਰ ਰਿਸਪੌਂਸ ਦਿੰਦੇ ਹੋ, ਬੜੇ ਵੀਰ ਭਰਾ ਆ ਕੇ ਦੱਸਦੇ ਆ ਵੀ ਸਾਨੂੰ ਵੀਡੀਓ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ। ਸੋ ਵੇਖੋ ਵੀ ਮੈਂ ਬੜੇ ਵੀਰਾਂ ਭਰਾਵਾਂ ਨੂੰ ਵੇਖਿਆ, ਇਹ ਗੱਲ ਕਹਿੰਦੇ ਉਹ ਕਹਿੰਦੇ ਵੀ ਸਾਡੇ ਡੋਲੇ ਨਹੀਂ ਬਣਦੇ, ਉਹ ਸਾਡੀ ਬਾਡੀ ਨਹੀਂ ਬਣਦੀ, ਇਦਾਂ ਉਦਾਂ ਬੜੇ ਆਪਣੇ ਆਪ ਨੇ ਨਾ ਸ਼ਿਕਾਇਤਾਂ ਕਰਦੇ ਆ, ਪਰ ਇਹ ਚੀਜ਼ਾਂ ਨਹੀਂ ਦੱਸਦੇ ਵੀ ਅਸੀਂ ਉਹਨੂੰ ਸਰੀਰ ਨੂੰ ਬਣਾਉਣ ਲਈ ਕੁਛ ਕਰਨ ਹੀ ਨਹੀਂ ਡਏ। ਵੇਖੋ ਜੇ ਸਰੀਰ 'ਚ ਜਾਨ ਪਾਉਣੀ ਆ ਨਾ ਤੇ ਸਰੀਰ ਇਹ ਜਿਮ 'ਚ ਥੋੜ੍ਹੀ ਸਰੀਰ ਬਣਦੇ ਆ, ਸਰੀਰ ਬਣਦੇ ਘਰ ਜਾ ਕੇ ਚੰਗੀ ਡਾਈਟ ਖਾ ਕੇ ਜਿੱਥੇ ਪਤਾ ਲੱਗਦਾ ਵਾ, ਠੀਕ ਹੈ ਨਾ, ਜਿੱਥੇ ਰਿਕਵਰੀ ਮਿਲਣੀ ਆ। ਇੱਥੇ ਜਿਮ 'ਚ ਤੇ ਆਪਾਂ ਜ਼ੋਰ ਲਾ ਕੇ ਚੜ ਗਏ ਤੇ ਬਾਅਦ 'ਚ ਜਾ ਕੇ ਸਰੀਰ ਨੂੰ ਕੁਛ ਖਾਣ ਨੂੰ ਨਾ ਦਿੱਤਾ ਤੇ ਸਰੀਰ ਸਵਾਹ ਗਰੋ ਕਰੂਗਾ। ਸੋ ਮੈਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਇੱਕ ਇਹੋ ਜਿਹੀ ਰੈਸਪੀ ਦੱਸ ਦੇਣੀ ਆ ਵੀ ਜਿਹੜੀ ਬੜੀ ਵਧੀਆ ਵਾ ਸਾਡੀ ਸਿਹਤ ਵਾਸਤੇ, ਠੀਕ ਆ, ਜਿਹੜੀ ਬੜੀ ਵਧੀਆ ਮਤਲਬ ਮਸਲ ਰਿਕਵਰੀ ਦਿੰਦੀ ਆ, ਜਿਹਦੇ 'ਚ ਬਹੁਤ ਵਧੀਆ ਪ੍ਰੋਟੀਨ ਕੰਟੈਂਟ ਮਿਲਦਾ ਆ, ਬਣਾਉਣੀ ਬਹੁਤ ਜ਼ਿਆਦਾ ਸੌਖੀ ਆ, ਕੋਈ ਔਖਾ ਕੰਮ ਨਹੀਂ ਆ। ਵੇਖੋ ਜੇ ਤੇ ਬੰਨਾ ਝੋਟੇ ਫਿਰ ਤੇ ਵੀਰ ਜੀ ਆਪਣੇ ਸਰੀਰ ਦੇ ਲਈ ਆਪ ਡਾਈਟ ਕੁੱਕ ਕਰਨੀ ਪੈਣੀ ਆ, ਐਵੇਂ ਕਿਸੇ 'ਤੇ ਡਿਪੈਂਡ ਰਹੀਏ ਵੀ ਮੰਮੀ ਸਾਨੂੰ ਆਹ ਚੀਜ਼ ਬਣਾ ਦੇ, ਤੁਹਾਡੀ ਭੈਣ ਆਹ ਚੀਜ਼ ਬਣਾ ਦੇ, ਤੁਹਾਡੀ ਘਰ ਵਾਲੀ ਆਹ ਚੀਜ਼ ਬਣਾ ਦੇ, ਉਹਨਾਂ ਘਰ ਵੀ ਸਾਂਭਣਾ ਵਾ ਜਿਨ੍ਹਾਂ ਦੀਆਂ ਘਰ ਦੀਆਂ ਜੌਬ ਕਰਦੀਆਂ ਵਾ, ਉਹਨਾਂ ਨੇ ਆਪਣੀ ਜੌਬ 'ਤੇ ਵੀ ਜਾਣਾ ਵਾ, ਸੋ ਆਪਣਾ ਧਿਆਨ ਜਿਹੜਾ ਥੋੜ੍ਹਾ ਥੋੜ੍ਹਾ ਖੁਦ ਵੀ ਰੱਖਣਾ ਪੈਣਾ ਵਾ। ਸੋ ਮੇਰੇ ਭਰਾ ਅੱਜ ਇਹੋ ਜਿਹੀ ਤੁਹਾਨੂੰ ਡਾਈਟ ਦੱਸਾਂਗੇ ਕਿ ਤੁਸੀਂ ਆਪ ਕਹੋਗੇ ਕਿ ਵਾਕਈ ਕੋਸਾ ਬੜਾ ਬੜਾ ਵਧੀਆ ਥੀਮੀਲ ਜਿਹੜਾ ਦੱਸਿਆ। ਸੋ ਆਓ ਵੀਡੀਓ ਵੱਲ ਚੱਲਦੇ ਹਾਂ ਤੇ ਸਾਰੀ ਵੀਡੀਓ ਜਿਹੜੀ ਆ ਵੀਰਾਂ ਭਰਾਵਾਂ ਨੇ ਜ਼ਰੂਰ ਵੇਖਣੀ ਆ, ਤੇ ਜਿਹੜੇ ਨਵੇਂ ਵਿਊਵਰ ਆ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ, ਸੋ ਮੇਰੇ ਵੀਰ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਓ ਚੱਲਦੇ ਹਾਂ ਸਿੱਧਾ ਵੀਡੀਓ ਦੇ ਵੱਲ। ਤੋਂ ਪਹਿਲਾਂ ਆਪਾਂ ਬਾਲਣੀ ਆ ਗੈਸ, ਠੀਕ ਆ, ਤੇ ਉਹਦੇ ਵਾਸਤੇ ਚਾਹੀਦੀ ਆਪਾਂ ਨੂੰ ਇੱਕ ਮਾਚਿਸ, ਠੀਕ ਆ ਨਾ। ਇਹ ਮਾਚਿਸ ਜਿਹੜੀ ਆ ਵੱਡੀਆਂ ਵੱਡੀਆਂ ਚੀਜ਼ਾਂ ਜਿਹੜੀਆਂ ਵਾ ਉਹਨਾਂ ਨੂੰ ਅੱਗ ਲਾ ਦਿੰਦੀ ਆ, ਜਿੱਦਾਂ ਭਗਵੰਤ ਮਾਨ ਜਿਹੜਾ ਇਸ ਟਾਈਮ ਪੰਜਾਬ ਨੂੰ ਅੱਗ ਲਾ ਰਿਹਾ ਆ, ਕਿਉਂਕਿ ਬਾਂਦਰ ਦੇ ਹੱਥ ਕਹਿੰਦੇ ਮਾਚਿਸ ਲੱਗ ਗਈ ਆ ਤੇ ਉਹ ਕੁਛ ਵੀ ਸਾੜ ਸਕਦਾ। ਸਭ ਤੋਂ ਪਹਿਲਾਂ ਬਾਲਣੀ ਅੱਗ, ਠੀਕ ਆ ਜੀ, ਫਿਰ ਵੀਰ ਜੀ ਕੁੱਕਰ ਲਗਾ ਦੇਣਾ ਵਾ। ਤੇ ਹੁਣ ਸਭ ਤੋਂ ਪਹਿਲੇ ਇਨਗਰੀਡੀਐਂਟ ਦੀ ਆਪਾਂ ਗੱਲ ਕਰਾਂਗੇ ਜਿਹੜਾ ਆਪਾਂ ਅੱਜ ਦੀ ਆਪਣੀ ਡਾਈਟ ਦੇ ਵਿੱਚ ਜਿਹੜਾ ਐਡ ਕਰਨਾ ਵਾ, ਉਹ ਆ ਵੀਰ ਜੀ ਸਰੋਂ ਦਾ ਤੇਲ, ਠੀਕ ਆ ਨਾ, ਭੰਗੜਾ ਸਰੋਂ ਦਾ ਤੇਲ, ਦੇਸੀ ਸਰੋਂ ਦਾ ਤੇਲ। ਬਹੁਤ ਜ਼ਿਆਦਾ ਮਤਲਬ ਜ਼ਿਆਦਾ ਕੁਆਂਟਿਟੀ ਨਹੀਂ ਵਰਤਣੀ, ਨੋਰਮਲ ਜੀ ਕੁਆਂਟਿਟੀ ਵਰਤਣੀ। ਆਪਾਂ ਐਵੇਂ ਬਹੁਤ ਜ਼ਿਆਦਾ ਤੇਲ ਵਰਤਾਂਗੇ ਉਹ ਸਾਡੇ ਸਰੀਰ ਲਈ ਜਿਹੜਾ ਸਹੀ ਨਹੀਂ ਹੈਗਾ, ਠੀਕ ਹੈ, ਨੋਰਮਲ ਜੀ ਜਿਹੜੀ ਆਪਾਂ ਕੁਆਂਟਿਟੀ ਆ ਉਹਨੂੰ ਰੱਖਾਂਗੇ, ਠੀਕ ਹੈ। ਅਤੇ ਸੋ ਵੀਰ ਜੀ ਜਿੱਦਾਂ ਕਿ ਤੇਲ ਜਿਹੜਾ ਵਾ ਹੁਣ ਆਪਣਾ ਮਤਲਬ ਇੱਕ ਹਿਸਾਬ ਨਾਲ ਸੜ ਗਿਆ, ਅਤੇ ਹੁਣ ਸਭ ਤੋਂ ਪਹਿਲਾਂ ਇਹਦੇ 'ਚ ਆਪਾਂ ਪਾਵਾਂਗੇ ਜੀ ਲਸਣ ਦੀਆਂ ਕਲੀਆਂ, ਠੀਕ ਹੈ ਜੀ। ਬਹੁਤ ਜਣੇ ਵੀਰ ਜਿਹੜੇ ਆ ਚੌਪ ਕਰਕੇ ਲਸਣ ਦੀਆਂ ਕਲੀਆਂ ਪਾਉਂਦੇ ਆ, ਪਰ ਤੁਸੀਂ ਕਦੇ ਸਬੂਤੀਆਂ ਕਲੀਆਂ ਪਾ ਕੇ ਦੇਖੋ, ਤੁਹਾਨੂੰ ਆਨੰਦ ਹੀ ਵੱਖਰਾ ਆਊਗਾ ਜੀ। ਫਿਰ 2 ਮਿੰਟ ਇਹਦੇ ਗੇੜੇ ਮਰਾਉਣੇ ਜੀ ਇੱਦਾਂ ਤੇਲ ਦੇ। ਜਦੋਂ ਵੀਰ ਜੀ ਲਸਣ ਦੀ ਥੋੜ੍ਹੀ ਥੋੜ੍ਹੀ ਅਰੋਮਾ ਯਾਨੀ ਕਿ ਖੁਸ਼ਬੂ ਆਉਣੀ ਸ਼ੁਰੂ ਹੋਵੇ, ਫਿਰ ਆਪਾਂ ਵਿੱਚ ਪਾਵਾਂਗੇ ਜੀ ਅਦਰਕ, ਠੀਕ ਹੈ ਨਾ ਜੀ, ਅਦਰਕ ਪਾ ਕੇ ਅਤੇ ਉਹਦੇ ਵੀ ਆਪਾਂ ਤੇਲ ਦੇ ਵਿੱਚ ਜਿਹੜੇ ਆ ਥੋੜ੍ਹੇ ਜਿਹੇ ਗੇੜੇ ਮਰਾਵਾਂਗੇ। ਜਦੋਂ ਅਦਰਕ ਅਤੇ ਲਸਣ ਵੀਰ ਜੀ ਥੋੜ੍ਹਾ ਥੋੜ੍ਹਾ ਭੁੱਜ ਜੇ ਤਾਂ ਫਿਰ ਉਹਦੇ 'ਚ ਆਪਾਂ ਪਾਉਣੀ ਆ ਪੰਜਾਬੀਆਂ ਦੀ ਜਿੰਦ ਜਾਨ ਗੰਢਾ, ਜਿਹਨੂੰ ਕਹਿੰਦੇ ਆ ਜੀ ਨੋਰਮਲੀ ਪਿਆਜ਼ ਕਹਿੰਦੇ ਆ ਪਰ ਪੰਜਾਬੀ ਕਹਿੰਦੇ ਗੰਢਾ, ਅਤੇ ਫਿਰ ਵਾਹ ਕਹਿੰਦੇ ਫੁੱਲ ਡੰਡਾ, ਫਿਰ ਪਾਉਣੇ ਆਪਾਂ ਗੰਢੇ। ਫਿਰ ਵੀਰ ਜੀ ਪਾ ਕੇ ਸਾਰੇ ਇਨਗਰੀਡੀਐਂਟ, ਇਹਨੂੰ ਚੰਗੀ ਤਰ੍ਹਾਂ ਆਪਾਂ ਪਿਆਜ਼ ਨੂੰ ਜਿਹੜਾ ਭੁੰਨਣਾ ਵਾ, ਠੀਕ ਹੈ, ਕੱਚਾ ਨਹੀਂ ਰਹਿਣ ਦੇਣਾ ਪਿਆਜ਼ ਨੂੰ। ਹੁਣ ਵੇਖੋ ਜੀ ਪਿਆਜ਼ ਜਿਹੜਾ ਆਪਣਾ ਭੁੱਜ ਗਿਆ ਵਾ, ਬਰਾਊਨ ਕਲਰ ਹੋ ਗਿਆ ਪਿਆਜ਼ ਦਾ, ਅਤੇ ਹੁਣ ਆਪਾਂ ਜਿਹੜੇ ਮਸਾਲੇ ਯੂਜ਼ ਕਰਨੇ ਨਾ ਇਹ ਬਿਲਕੁਲ ਘਰੇਲੂ ਮਸਾਲੇ ਆ, ਠੀਕ ਹੈ, ਇਹ ਕੋਈ ਉੱਦਾਂ ਦੇ ਆਰਟੀਫਿਸ਼ਲ ਨਹੀਂ ਮੈਗੀ ਮਸਾਲਾ ਜਾਂ ਸਾਡਾ ਹੀਰਾ ਪਨੀਰ ਵਾਲੇ ਵਾਂਗੂ ਜਾਂ ਕਿਸੇ ਵਾਂਗੂ, ਕਿ ਸਾਡਾ ਜਿਹੜਾ ਵਾ ਇਹ ਸੀਕਰੇਟ ਮਸਾਲਾ ਵਾ। ਸਭ ਤੋਂ ਪਹਿਲਾਂ ਆਊਗੀ ਜੀ ਹਲਦੀ ਸਵਾਦ ਅਨੁਸਾਰ, ਫਿਰ ਜਿਹੜਾ ਨਮਕ ਆ ਉਹ ਵੀ ਸਵਾਦ ਅਨੁਸਾਰ ਜੀ, ਠੀਕ ਹੈ ਜੀ, ਫਿਰ ਇਹਦੇ 'ਚ ਪਾਵਾਂਗੇ ਗਰਮ ਮਸਾਲਾ, ਗਰਮ ਮਸਾਲਾ ਮੈਂ ਥੋੜ੍ਹਾ ਜਿਹਾ ਦੱਬ ਕੇ ਪਾਉਂਦਾ ਹੁੰਦਾ ਵਾਂ, ਅਤੇ ਹਲਦੀ ਵੀ, ਕਿਉਂਕਿ ਇਹ ਦੋਵੇਂ ਚੀਜ਼ਾਂ ਜਿਹੜੀਆਂ ਐਂਟੀ ਆਕਸੀਡੈਂਟ ਦਾ ਕੰਮ ਕਰਦੀਆਂ ਸਾਡੀ ਬੋਡੀ 'ਚ, ਠੀਕ ਹੈ ਜੀ। ਸੋ ਮਸਾਲੇ ਲਏ ਆ ਆਪਾਂ ਪਾ, ਅਤੇ ਹੁਣ ਆਪਾਂ ਇੱਕ ਕੰਮ ਕਰਨਾ ਨਿਗਾ ਜਿਹਾ, ਹੁਣ ਆਪਾਂ ਇਹ ਕੁੱਕਰ 'ਚ ਭੈਣ ਪਾਉਣੇ ਪੜਾਕੇ, ਇਹ ਆਪਾਂ ਪਾਉਣੇ ਥੋੜ੍ਹਾ ਜਿਹਾ ਪਾ ਦੇਣਾ ਪਾਣੀ ਇੱਦਾਂ ਕਰਕੇ, ਠੀਕ ਹੈ, ਜਦੋਂ ਪਾਣੀ ਪੈ ਗਿਆ ਅਤੇ ਕੁੱਕਰ ਜਾ ਕੇ ਪੜਾਕੇ ਪੈ ਜਾਣੇ, ਕਿਉਂਕਿ ਕੁੱਕਰ ਹੀ ਗਰਮ ਅਤੇ ਕੁੱਕਰ 'ਚ ਨਾਲ ਹੀ ਥੋੜ੍ਹਾ ਥੋੜ੍ਹਾ ਤੇਲ, ਉਹਦੇ ਕਰਕੇ ਜਿਹੜੇ ਆ ਇਹ ਪਟਾਕੇ ਪੈ ਜਾਣੇ, ਤਾਂ ਕਿ ਕੋਈ ਮਸਾਲਾ ਜਿਹੜਾ ਵਾ ਉਹ ਆਪਣੇ ਬਰਤਨ ਦੇ ਨਾਲ ਜਿਹੜਾ ਆ ਨਾ ਚਿੰਬੜੇ, ਠੀਕ ਹੈ ਜੀ। ਅਤੇ ਹੁਣ
ਹੁਣ ਮਿੱਤਰੋ ਜਿੱਦਾਂ ਜਿੱਦਾਂ ਮਸਾਲਾ ਭੁੱਜਦਾ ਜਾਊਗਾ ਤੇ ਇਹਦੇ ਚ ਆਪਾਂ ਪਾਉਣੀਆਂ ਦੋ ਕੁ ਮਿਰਚਾਂ ਆਪਣੇ ਸਵਾਦ ਦੇ ਅਨੁਸਾਰ ਤੇ ਨਾਲ ਇਹਦੇ ਚ ਆਪਾਂ ਪਾ ਦੇਣਾ ਵਾ ਅੱਧਾ ਕੁ ਟਮਾਟਰ ਥੋੜਾ ਜਿਹਾ ਫਲੇਵਰ ਆ ਜੇ ਠੀਕ ਹੈ ਜੀ ਫਿਰ ਉਹਨੂੰ ਚੰਗੀ ਤਰ੍ਹਾਂ ਆਪਾਂ ਭੁੰਨਣਾ ਵਾ ਹੁਣ ਵੀਰ ਜੀ ਵੇਖੋ ਤੇਲ ਜਿਹੜਾ ਵਾ ਥੋੜਾ ਥੋੜਾ ਉੱਤੇ ਆ ਗਿਆ ਵਾ ਮਤਲਬ ਮਸਾਲਾ ਅੱਡਾ ਗਿਆ ਵਾ ਭੁੱਜ ਹੁਣ ਆਪਾਂ ਇਹਦੇ ਚ ਪਾਵਾਂਗੇ ਆਪਣਾ ਜਿਹੜਾ ਆਪਾਂ ਚਿਕਨ ਬ੍ਰੈਸਟ ਵੇਖੋ ਜੀ 400 ਗ੍ਰਾਮ ਚਿਕਨ ਬ੍ਰੈਸਟ ਆ ਤੇ ਇਹਦੇ ਚ ਅਪਰੋਕਸੀਮੇਟਲੀ ਆਪਾਂ ਨੂੰ ਮਿਲ ਜਾਂਦਾ ਜੀ 100 ਤੋਂ 120 ਗ੍ਰਾਮ ਪ੍ਰੋਟੀਨ ਯਾਨੀ ਕਿ ਤਿੰਨ ਹਿੱਸੇ ਜਿਹੜੇ ਆ ਆਪਣੀ ਡਾਈਟ ਦੇ ਉਹ ਇਸੇ ਚਿਕਨ ਤੋਂ ਜਿਹੜੇ ਆ ਪੂਰੇ ਹੋ ਜਾਂਦੇ ਵੀ ਇੰਨੀ ਅਮਾਊਂਟ ਦੇ ਵਿੱਚ ਇਹਦੇ 'ਚ ਪ੍ਰੋਟੀਨ ਹੁੰਦਾ ਫਿਰ ਇਹਨੂੰ ਚਿਕਨ ਨੂੰ ਮਤਲਬ ਵਾਸ਼ ਕਰ ਲੈਣਾ ਪ੍ਰੋਪਰ ਠੀਕ ਹੈ ਜੀ ਮਸਾਲੇ 'ਚ ਰਲਾਉਣ ਤੋਂ ਪਹਿਲਾਂ ਫਿਰ ਇਹਨੂੰ ਮਸਾਲੇ 'ਚ ਰਲਾ ਲੈਣਾ ਠੀਕ ਹੈ ਜੀ ਅਤੇ ਇਹ ਵੇਖੋ ਜੀ ਮੈਂ ਪਹਿਲਾਂ ਹੀ ਦੱਸਿਆ ਵੀ ਜੇ ਝੋਟੇ ਬੰਨਾ ਵਾ ਜ਼ੋਰਦਾਰ ਬੰਨਾ ਤਾਂ ਫਿਰ ਡਾਈਟਾਂ ਦੇ ਵੀਰ ਜੀ ਕੁੱਕ ਕਰਨੀਆਂ ਪੈਂਦੀਆਂ ਵਾ ਘਰੇ ਆ ਕੇ ਤਾਂ ਕੁਛ ਨਹੀਂ ਜੇ ਮਿਲਦਾ ਠੀਕ ਹੈ ਹੁਣ ਜੇ ਨਿਆਣਾ ਵਾ ਉਹਨੂੰ ਵੀ ਭੁੱਖ ਲੱਗਦੀ ਅਤੇ ਉਹਨੂੰ ਵੀ ਰੋਣਾ ਪੈਂਦਾ ਵਾ ਅੱਥਰੂ ਆਪਣੇ ਕੱਢਣੇ ਪੈਂਦੇ ਆ ਫਿਰ ਜਾ ਕੇ ਮਾਤਾ ਨੂੰ ਜਿਹੜਾ ਵਾ ਮੰਮੀ ਨੂੰ ਪਤਾ ਲੱਗਦਾ ਵੀ ਹਾਂ ਮੇਰੇ ਪੁੱਤ ਨੂੰ ਦੁੱਧ ਚਾਹੀਦਾ ਸੋ ਚਿਕਨ ਨੂੰ ਚੰਗੀ ਤਰ੍ਹਾਂ ਰਲਾਉਣ ਤੋਂ ਬਾਅਦ ਉਹਦੇ 'ਚ ਆਪਾਂ ਪਾਵਾਂਗੇ ਜੀ ਅੱਧਾ ਕੁ ਗਲਾਸ ਪਾਣੀ ਜ਼ਿਆਦਾ ਨਹੀਂ ਪਾਉਣਾ ਅੱਧਾ ਗਲਾਸ ਪਾਣੀ ਬੜਾ ਵਾ ਠੀਕ ਹੈ ਨਾ ਬਾਕੀ ਕਿਉਂਕਿ ਜਿਹੜਾ ਚਿਕਨ ਹੁੰਦਾ ਉਹਦੇ 'ਚ ਵੀ ਤੁਹਾਨੂੰ ਪਤਾ ਵਾ ਪਾਣੀ ਹੁੰਦਾ ਪਹਿਲਾਂ ਹੀ ਤਾਂ ਉਹਨੇ ਵੀ ਆਪਣਾ ਪਾਣੀ ਛੱਡਣਾ ਠੀਕ ਹੈ ਨਾ ਫਿਰ ਇਹਨੂੰ ਇੱਦਾਂ ਹੀ ਆਪਾਂ ਥੋੜ੍ਹਾ ਥੋੜ੍ਹਾ ਕੁੱਕ ਕਰਦੇ ਰਵਾਂਗੇ ਠੀਕ ਹੈ ਜੀ ਫਿਰ ਆਪਾਂ ਲਾਉਣਾ ਇਹਦੇ 'ਤੇ ਕੁੱਕਰ ਦਾ ਢੱਕਣ ਅਤੇ ਪੂਰਾ ਬਣਾਵਾਂਗੇ ਪ੍ਰੈਸ਼ਰ ਅਤੇ 6-7 ਮਰਾਵਾਂਗੇ ਸੀਟੀਆਂ ਅਤੇ ਫਿਰ ਆਪਣਾ ਚਿਕਨ ਜਿਹੜਾ ਰੈਡੀ ਹੋ ਜਾਣਾ ਅਤੇ ਬਾਈ ਜੀ ਹੁਣ ਚਿਕਨ ਦੀਆਂ ਆਪਾਂ ਸੀਟੀਆਂ ਸੂਟੀਆਂ ਦਿੱਤੀਆਂ ਵਾ ਮਰਾ ਅਤੇ ਮਤਲਬ ਚੰਗੀ ਤਰ੍ਹਾਂ ਜਿਹੜਾ ਚਿਕਨ ਹੈ ਉਹ ਗਲ ਗਿਆ ਹੋਣਾ ਬਟ ਸਟਿਲ ਤੁਸੀਂ ਉਸੇ ਵੇਲੇ ਚਿਕਨ ਨੂੰ ਜਿਹੜਾ ਆ ਉਹ ਨਹੀਂ ਕੁੱਕਰ 'ਚੋਂ ਕੱਢਣਾ ਠੀਕ ਹੈ ਨਾ ਕੁੱਕਰ ਜਿਹੜਾ ਪ੍ਰੈਸ਼ਰ ਬਣਿਆ ਨਾ ਚੰਗੀ ਤਰ੍ਹਾਂ ਚਿਕਨ ਨੂੰ ਜਿਹੜਾ ਪੱਕਣ ਦੇਣਾ ਤਾਂ ਕਿ ਮਸਾਲਾ ਜਿਹੜਾ ਚੰਗੀ ਤਰ੍ਹਾਂ ਉਹਦੇ 'ਚ ਰਚ ਜੇ ਅਤੇ ਤੁਹਾਨੂੰ ਸਵਾਦ ਆਵੇ ਹੁਣ ਵੇਖੋ ਕਈ ਜਣੇ ਬਹੁਤ ਜ਼ਿਆਦਾ ਵਿੱਚ ਮਸਾਲੇ ਪਾ ਲੈਂਦੇ ਆ ਉਹ ਇੱਕ ਬੋਡੀ ਬਿਲਡਰ ਵਾਸਤੇ ਇੱਕ ਭਲਵਾਨ ਵਾਸਤੇ ਜਿਹੜੇ ਆ ਨਹੀਂ ਸਹੀ ਹੁੰਦੇ ਸੋ ਆਪਾਂ ਘੱਟ ਤੋਂ ਘੱਟ ਮਸਾਲੇ ਵਰਤੇ ਆ ਅਤੇ ਵੱਧ ਤੋਂ ਵੱਧ ਨਿਊਟ੍ਰੀਸ਼ਨਲ ਵੈਲਿਊ ਜਿਹੜੀ ਆ ਉਸ ਮੀਲ ਦੀ ਜਿਹੜੀ ਆ ਅਬਜ਼ੋਰਬ ਕੀਤੀ ਆ ਸੋ ਹੁਣ ਬਸ ਬਣ ਜਾਣਾ 5 ਕੁ ਮਿੰਟਾਂ ਬਾਅਦ ਫਿਰ ਚੈੱਕ ਕਰਕੇ ਵੇਨੇ ਕਿੱਦਾਂ ਦਾ ਬਣਿਆ ਸੋ ਬਾਈ ਚਿਕਨ ਆਪਣਾ ਤਿਆਰ ਪਰ ਤਿਆਰ ਆ ਅਤੇ ਵੇਖੋ ਕਿੱਡੇ ਵਧੀਆ ਤਰੀਕੇ ਨਾਲ ਗਲਿਆ ਵੇਖੋ ਠੀਕ ਹੈ ਨਾ ਅਤੇ ਆਹ ਵੇਖੋ ਕਿੱਡਾ ਸੋਹਣਾ ਇਹਦਾ ਟੈਕਸਚਰ ਆ ਮਤਲਬ ਕੋਈ ਉਹੋ ਜਿਹੀ ਗੱਲਬਾਤ ਨਹੀਂ ਕੋਈ ਨਹੀਂ ਵਧੀਆ ਚਿਕਨ ਆ ਇਹਦੇ ਨਾਲ ਹੁਣ ਤੁਸੀਂ 3-4 ਜਿਹੜੇ ਆ ਫੁਲਕੇ ਵੀ ਖਾ ਸਕਦੇ ਜੇ ਹੁਣ ਵੇਨੇ ਟੇਸਟ ਕਰਕੇ ਵੀ ਕਿੱਦਾਂ ਦਾ ਬਣਿਆ ਓਏ ਹੋ ਕੀ ਬਾਤ ਮੈਂ ਨਾ ਬਾਬਿਓ ਜਿਹਨੇ ਆਹ ਚਿਕਨ ਇੰਨਾ ਖਾਧਾ ਉਹਨੇ ਕੁਛ ਨਹੀਂ ਖਾਧਾ ਸੋ ਇਹਨੂੰ ਇੱਕ ਵਾਰੀ ਆਪਣੇ ਘਰ ਦੇ ਵਿੱਚ ਜ਼ਰੂਰ ਬਣਾਓ ਬਹੁਤ ਘੈਂਟ ਚਿਕਨ ਬਣਿਆ ਵਾ ਹੁਣ ਮੈਂ ਤੁਹਾਨੂੰ ਦੱਸਦਾ ਵੀ ਇਹਨੂੰ ਡਾਇਟ 'ਚ ਕਿੱਦਾਂ ਆਪਾਂ ਜਿਹੜਾ ਉਹ ਕੰਪਰਾਈਜ਼ ਕਰਨਾ ਆ ਦੇਖੋ ਵੀ ਤੁਸੀਂ 200 ਗ੍ਰਾਮ ਮਤਲਬ ਜੇ ਮੰਨ ਲਓ 16 ਪੀਸ ਆ 8 ਪੀਸ ਤੁਸੀਂ ਲੈ ਲੈਣੇ ਚਿਕਨ ਦੇ ਨਾਲ ਥੋੜ੍ਹੀ ਜਿਹੀ ਤਰੀ ਦੁਪਹਿਰੇ ਚਾਲ ਫੁਲਕੇ ਖਾ ਲਓ ਬਸ ਇਹਦੇ 'ਚ ਤੁਹਾਨੂੰ ਮਿਲ ਜਾਣਾ ਅਪਰੋਕਸੀਮੇਟਲੀ 50 ਤੋਂ 70 ਗ੍ਰਾਮ ਪ੍ਰੋਟੀਨ ਨਾਲ ਵਧੀਆ ਅਮਾਊਂਟ 'ਚ ਕਾਰਬੋ ਵਧੀਆ ਅਮਾਊਂਟ 'ਚ ਜਿਹੜੀ ਆਪਣੀ ਰਿਕਵਰੀ ਹੋ ਜਾਣੀ ਆ ਅਤੇ ਬਸ ਇਹੋ ਡਾਇਟ ਆ ਅਤੇ ਜੇ ਜੇ 8-9 ਮਿੰਟ ਦੀ ਵੀਡੀਓ ਆ ਅਤੇ 20 ਮਿੰਟ ਬਣਾਉਣ ਦੇ ਲੱਗਿਆ ਤਾਂ ਯਾਰ ਜੇ 20 ਮਿੰਟ ਨਹੀਂ ਆਪਣੇ ਵਾਸਤੇ ਕੱਢ ਸਕਦੇ ਹਾਂ ਫਿਰ ਭਲਵਾਨੀ ਛੱਡ ਦਿਓ ਸਭ ਕੁਝ ਛੱਡ ਦਿਓ ਸੋ ਇਹ ਸੀ ਅੱਜ ਦੀ ਵੀਡੀਓ ਆਈ ਹੋਪ ਕਿ ਵੀਡੀਓ ਸਾਰਿਆਂ ਨੂੰ ਵਧੀਆ ਲੱਗੀ ਹੋਊਗੀ ਅਤੇ ਰੁਕੋ 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 ਜਿਹੜੇ ਵੀ ਇਹਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਅਤੇ ਮੈਂ ਚਿਕਨ ਖਾਂਦਾ ਮਿਲਦੇ ਹਾਂ ਨੈਕਸਟ ਵੀਡੀਓ 'ਚ ਸਤਿ ਸ਼੍ਰੀ ਅਕਾਲ